ਜਿਹੜਾ ਉਹ ਗ੍ਰਿਫਤਾਰ ਕਰਿਆ, ਬਾਕੀ ਮਾਲਕ ਨੂੰ ਗ੍ਰਿਫਤਾਰ ਨਹੀਂ ਕਰਿਆ। ਹੁਣ ਜਿਹੜੀ ਸੰਗਤ ਸਾਰੀ ਹੈਗੀ ਹੈ, ਇਹਨਾਂ ਦਾ ਇਹ ਮਤਲਬ ਹੈ ਵੀ ਘੱਟ ਤੋਂ ਘੱਟ 20-25 ਲੱਖ ਰੁਪਈਆ ਜਿਹੜਾ ਇੱਕ ਬੰਦਾ ਮਰਿਆ ਉਹਨੂੰ ਮੁਆਵਜ਼ਾ ਮਿਲਣਾ ਚਾਹੀਦਾ, ਔਰ ਉਸ ਠੇਕੇਦਾਰ ਨੂੰ ਔਰ ਜਿਹੜਾ ਉਹ ਮਾਲਕ ਆ ਉਹਨੂੰ ਤੁਰੰਤ ਫੜ ਕੇ ਗ੍ਰਿਫਤਾਰ ਕਰਕੇ ਉਹਦੇ ਉੱਪਰ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਇਹਦੇ ਮੁਤਾਬਕ ਇਹ ਜਲਦੀ ਤੋਂ ਜਲਦੀ ਪ੍ਰਸ਼ਾਸਨ ਨੂੰ ਜ਼ਰੂਰੀ। ਪਹਿਲੀ ਗੱਲ ਤਾਂ ਇਹ ਹੈ ਵੀ ਉਸ ਮਾਲਕ ਨੂੰ ਚਲਾ ਕਰੋ ਪਰ ਉਹਨੂੰ ਅਰੈਸਟ ਕਰਕੇ ਉਹਨੂੰ ਇੱਥੇ ਪਬਲਿਕ ਹੀ ਸਾਹਮਣੇ ਕਰੋ ਸਾਡੇ, ਅਸੀਂ ਦੇਖੀਏ ਵੀ ਹਾਂ ਬਰੂ ਇਸ ਬਾਤ ਨੂੰ ਚਾਲੂ ਮਲਾਈ ਦਾ ਕਿਸ ਤਰ੍ਹਾਂ ਕੰਮ ਕਰਿਆ। ਤੀਜਾ ਧੂਰੀ ਤੋਂ ਆ ਕੇ ਖਮਾਣੋ ਹੀ ਚੋਣਨਾ ਤਾਂ ਵੀ ਸਾਨੂੰ ਖਮਾਣੋ ਹੀ ਬਰਬਾਦ ਕਰਨਾ ਸੀਗਾ। ਔਰ ਦੂਜੀ ਗੱਲ ਠੇਕੇਦਾਰ ਨੂੰ ਬੁਲਾਓ, ਜਿਹੜਾ ਕੋਲ ਉਹਨੇ ਜਿਹਨੇ ਨਕਸ਼ਾ ਪਾਸ ਕਰਿਆ ਉਹਨੂੰ ਬੁਲਾਓ ਸਾਡੇ ਕੋਲ। ਇਹਦੇ ਬਾਅਦ ਇੱਕ ਇੱਕ ਬੰਦੇ ਨੂੰ 25-25 ਲੱਖ ਰੁਪਈਆ ਮੁਆਵਜ਼ਾ ਹੋਣਾ ਚਾਹੀਦਾ। ਔਰ ਦੂਜੀ ਗੱਲ ਉਹ ਚਾਹੇ ਉਹ ਮਾਲਕ ਦੇਵੇ ਜਿਹਨੇ ਇਹ ਕੰਮ ਕਰਿਆ, ਜਿਹੜੇ ਪਰਿਵਾਰਾਂ ਦੇ ਬੰਦੇ ਮਰ ਗਏ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਦੇ। ਪਰ ਇੱਕ ਕੰਮ ਕਰਨਾ, ਆਪਾਂ ਨੇ ਸਜੀਕ ਦੀ ਵਰਤਣੀ ਹੈ, ਇਹਨਾਂ ਨੂੰ ਵੀ ਟਾਈਮ ਦਿਓ। ਟਾਈਮ ਦੇ ਮੁਤਾਬਕ ਨਸਿਮ ਸਾਹਿਬ ਖੜੇ ਨੇ, ਤੁਸੀਂ ਸਾਨੂੰ ਜੀ ਟਾਈਮ ਦਿਓ ਵੀ ਉਹਨਾਂ ਨੂੰ ਕਿੰਨੇ ਟਾਈਮ ਕੱਢਦੇ ਹੋ। ਔਰ ਅਸੀਂ ਉਹਨਾਂ ਦੇ ਘਰਾਂ ਜਾ ਕੇ ਪਿੰਡ ਜਾ ਕੇ ਆਪਣਾ ਚੈੱਕ ਕਰਦੇ ਜੀ, ਇਹ ਫਰਜ਼ ਛੋਟਾ ਬਣਦਾ ਜੀ ਜਾਣ ਦਾ। ਜਿਹੜੇ ਪਿੰਡਾਂ ਚ ਹਸਪਤਾਲ ਉੱਥੇ ਜਾਣ ਦਾ ਫਰਜ਼ ਛੋਟਾ ਬਣਦਾ ਜੀ, ਇਹ ਕਾਨੂੰਨ ਦਾ ਬਣਦਾ। ਅਸੀਂ ਤਨਖਾਹ ਦਿੰਦੇ ਤੁਹਾਨੂੰ, ਉਸ ਦਿਨ ਦਾ ਤੁਹਾਡਾ ਫਰਜ਼ ਬਣਦਾ ਪਿੰਡ ਜਾਣ ਦਾ ਜੀ। ਕੋਈ ਅਫਸਰ